ਕੌਣ ਬੰਦਾ ਉਮੀਦਵਾਰ ਹੋਣਾ ਚਾਹੀਦਾ ਕਿਹੋ ਜਿਹੇ ਉਮੀਦਵਾਰ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਕੀ ਫੈਸਲਾ ਲੈਣਾ ਹੈ ਆਪਦੀਆਂ ਆਪਦੀਆਂ ਗੱਲਾਂ ਦੱਸਦੇ ਸੋ ਅੱਜ ਉਸੇ ਦੌਰੇ ਦੇ ਤਹਿਤ ਅੱਜ ਦੂਜੇ ਦਿਨ ਦਾ ਦੌਰਾ ਸੀ ਅੱਜ ਮੇਰੇ ਖਿਆਲ 6-7 ਸੜਕਾਂ ਵੀ ਨਹੀਂ ਗਈਆਂ ਪਿੰਡ ਸਾਹਿਬ ਕਮੀ ਕਿੱਥੇ ਰਹਿ ਗਈ ਸੀ जनता दस दी कि कमियां रह गई है रंगला तो नहीं होया हुण गंदला पंजाब का बनता जा रहा है ਤੁਸੀਂ ਦੇਖਿਆ ਹੋਣਾ ਨਸ਼ਾ ਹੋਰ ਚਰਨ ਸੀਮਾ ਤੇ ਵੱਧ ਗਿਆ ਜਿਹੜੇ ਲੋਕ ਨਸ਼ੇ ਕਰਕੇ ਚੀਕਾਂ ਮਾਰਦੇ ਸੀ ਸਾਡੇ ਸਮੇਂ ਕਿਥੇ ਕੁੜੀਆਂ ਦੀਆਂ ਬੱਚੀਆਂ ਦੀਆਂ ਵੀਡੀਓਜ਼ ਨਹੀਂ ਆਈਆਂ ਸੀ ਨਸ਼ਾ ਲੈਂਦੇ ਹੁਣ ਉਹ ਵੀ ਆਉਣ ਲੱਗ ਪਏ ਸੋ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਭੰਡਣ ਨਾਲੋਂ ਇਹਦੇ ਤੇ ਥੋੜ੍ਹਾ ਜਿਹਾ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ ਸਰਕਾਰ ਨੂੰ ਸੋਚਣ ਦੀ ਲੋੜ ਹੈ ਤਾਂ ਜੋ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਸਕੀਏ ਸਰ ਆਪ ਦੇ ਵਿਧਾਇਕ ਕਹਿ ਰਹੇ ਨੇ ਕਿ ਗਨ ਕਲਚਰ ਹੈ ਕਾਂਗਰਸ ਲੈ ਕੇ ਆਈ ਸੀ ਪੰਜਾਬ ਦੇ ਵਿੱਚ ਹਰ ਚੀਜ਼ ਨੂੰ ਹੁਣ ਕਾਂਗਰਸ ਦਾ ਨਾਮ ਨਹੀਂ ਲੈ ਕੇ ਦੇ ਸਕਦੇ ਹਰ ਚੀਜ਼ ਨੂੰ ਇਹ ਗੱਲ ਕਰਦੇ ਹੋ ਕਹਿਣਗੇ ਜੇ ਪਾਣੀ ਆ ਗਿਆ ਕਿਸੇ ਸੀਵਰੇਜ ਬਲੌਕ ਹੋ ਗਿਆ ਤਾਂ ਕਹਿਣਗੇ ਕਾਂਗਰਸ ਲੈ ਕੇ ਆਈ ਸੀ ਫਲਾਨੀ ਚੀਜ਼ ਕਾਂਗਰਸ ਲੈ ਕੇ ਸੀ ਹੁਣ ਤਾਂ 9 ਮਹੀਨੇ ਹੋ ਗਏ ਹੁਣ ਕਾਂਗਰਸ ਦਾ ਨਾਮ ਨਹੀਂ ਲੈ ਸਕਦੇ ਤੁਸੀਂ ਹਰ ਚੀਜ਼ ਨੂੰ ਇਹ ਕਹੋਗੇ ਫਲਾਨੀ ਸਰਕਾਰ ਲੈ ਕੇ ਆਈ ਸੀ ਫਿਰ ਸਰਕਾਰ ਕਾਹਦੀ ਬਣੀ ਹੈ ਤੁਸੀਂ 4.5 ਸਾਲ ਇਹੀ ਗੱਲ ਕਰਦੇ ਰਹੋਗੇ ਹਾਲਾਂਕਿ ਅਸੀਂ ਗਨ ਕਲਚਰ ਨਹੀਂ ਲੈ ਕੇ ਆਏ ਸਾਡੇ ਸਮੇਂ ਇਸ ਤਰ੍ਹਾਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਨਹੀਂ ਮਕਾਇਆ ਜਾਂਦਾ ਸੀ ਇੱਕ ਘਟਨਾ ਸਾਡੇ ਸਮੇਂ ਐਸੀ ਦੱਸ ਦਿਓ ਇਹਨਾਂ ਦੇ ਸਮੇਂ ਸਿੱਧੂ ਮੂਸੇਵਾਲ ਦਾ ਕਤਲ ਅੰਮ੍ਰਿਤਸਰ ਕਤਲ ਕੋਟਕਪੂਰੇ ਕਤਲ ਬਠਿੰਡੇ ਕਤਲ ਅੰਬੀਆਂ ਹੋ ਜਿਹੜਾ ਮੁੰਡਾ ਕਬੱਡੀ ਪਲੇਅਰ ਸੀ ਉਹਦਾ ਕਤਲ ਕਾਲੀ ਮਾਤਾ ਦੇ ਮੰਦਿਰ ਦੇ ਅਟੈਕ ਹੈਂਡ ਗ੍ਰਨੇਡ ਦਾ ਜਿਹੜਾ ਅਟੈਕ ਹੋਇਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਸਾਡੇ ਸਮੇਂ ਇਹ ਹਾਲਾਤ ਨਹੀਂ ਸੀ ਪਰ ਚਲੋ ਤੁਸੀਂ ਇਹ ਗੱਲ ਕਹਿੰਦੇ ਹੋ ਪਰ ਹਰ ਵਕਤ ਇਹ ਗੱਲ ਕਹਿ ਕੇ ਆਪਦਾ ਖੇੜਾ ਨਹੀਂ ਛੜਾ ਸਕਦੇ ਕਿ ਇਹ ਕਾਂਗਰਸ ਸਮੇਂ ਲੈ ਕੇ ਅਸੀਂ ਗਨ ਕਲਚਰ ਨਹੀਂ ਲੈ ਕੇ ਆਏ ਸਾਡੇ ਸਮੇਂ ਅਸੀਂ ਕਿਸੇ ਨੂੰ ਕੁਛ ਕਰਨ ਨਹੀਂ ਦਿੱਤਾ ਮੈਂ ਤਾਂ ਕਿਹਾ ਸੀ ਮੈਂ ਕਿਹਾ ਫੜਾਓ 2 ਦਿਨ ਹੋਮ ਮਿਨਿਸਟਰੀ ਤੇ 2 ਦਿਨਾਂ ਦੇ ਵਿੱਚ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਕਰਦੀ ਹੈ ਤਾਂ ਕਹਿ ਦਿਓ ਜੋ ਸਰ ਬਿਜਲੀ ਦੇ ਸਕੈਮ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਸਪੀਡ ਦੇ ਵਿੱਚ ਉਹ ਕੀ ਮੈਂ ਜਲਦੀ ਉਹਦੇ ਤੇ ਪ੍ਰੈਸ ਕਾਨਫਰੰਸ ਕਰ ਰਿਹਾ ਇੱਕ ਬਹੁਤ ਵੱਡਾ ਸਕੈਮ ਹੈ ਉਹਦੇ ਤੇ ਚਰਚਾ ਕਰਾਂਗੇ ਕਿਤੇ ਨਾ ਕਿਤੇ 600 ਯੂਨਿਟ ਜਿਹੜੀ ਮਿਲ ਰਹੀ ਹੈ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਤੁਹਾਡੇ ਕੋਲ ਮੈਂ ਕਿਹਾ ਔਨ ਰਿਕਾਰਡ ਔਨ ਪ੍ਰੂਫ ਦੱਸਾਂਗੇ ਕੀ ਹੋ ਰਿਹਾ ਤੁਹਾਡੇ ਵੱਲੋਂ ਇੱਕ ਪੋਸਟ ਪਾਈ ਗਈ ਪਿੱਛੇ ਦਿਨ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਦੀ ਪੋਸਟ ਪਾਈ ਹੈ ਗਨ ਕਲਚਰ ਯਾਨੀ ਕਿ ਤਰੀਕਾ ਹੋਇਆ ਤੁਸੀਂ ਕਿ ਪੰਜਾਬ ਨੂੰ ਜਿਹੜਾ ਪੁਰਾਣੇ ਦੌਰ ਵੱਲ ਨਾ ਕਿਤੇ ਲੋਕ ਜਿਹੜਾ ਪੁਰਾਣਾ ਦੌਰ ਉਹ ਪੱਤਰਕਾਰ ਸਾਥੀਆਂ ਨੇ ਇਦਾਂ ਕਹਿਤਾ ਵੀ ਫਲਾਣੇ ਬੰਦੇ ਅਸੀਂ ਫਲਾਣੇ ਮੈਂ ਇਹ ਗੱਲ ਕਹੀ ਗਈ ਜੀ ਕਿ ਕਿਰਪਾ ਕਰਕੇ ਗੁਰੂ ਦੇ ਵਾਸਤੇ ਧਰਮ ਦਾ ਪ੍ਰਚਾਰ ਕਰੋ ਜੀ ਲੋਕਾਂ ਨੂੰ ਅੰਮ੍ਰਿਤ ਛਕਾਓ ਧਰਮ ਦੇ ਬਾਰੇ ਗੱਲ ਕਰੀਏ ਜੀ ਲੋਕਾਂ ਨੂੰ ਸਹੀ ਕਰੀਏ ਭਾਈ ਨਾ ਕਿ ਤੋਂ ਮਾੜੇ ਦੌਰ ਵੱਲ ਨਾ ਭੇਜੀਏ ਕਿ ਜੇ ਮਾੜੇ ਦੌਰ ਚੱਲ ਪਿਆ ਤਾਂ ਫਿਰ ਅੰਗਾਮ ਬੁਰੇ ਹੋ ਪਰ ਫੋਟੋ ਤਾਂ ਸਪੈਸ਼ਲ ਅੰਮ੍ਰਿਤਪਾਲ ਕਿਸੇ ਦੀ ਵੀ ਫੋਟੋ ਹੋਏਗੀ ਜਿਹੜਾ ਵੀ ਕੋਈ ਐਸਾ ਕੰਮ ਕਰੇਗਾ ਉਹਦੀ ਫੋਟੋ ਪਾਉਣੀ ਜ਼ਰੂਰੀ ਹੈ ਉਹਨੂੰ ਦੱਸਣਾ ਜ਼ਰੂਰੀ ਹੈ ਜਨਤਾ ਨੂੰ ਦੱਸਣਾ ਜ਼ਰੂਰੀ ਹੈ ਸਾਨੂੰ ਗੰਨ ਦੀ ਜ਼ਰੂਰਤ ਨਹੀਂ ਹੈ ਕਈ ਲੋਕਾਂ ਨੇ ਥੱਲੇ ਕਿਹਾ ਕਿ ਗੰਨ ਤਾਂ ਤੁਹਾਡੇ ਕੋਲੇ ਵੀ ਹੋ ਸਕਦੀ ਹੈ ਗੰਨ ਰੱਖੋ ਸਿਕਿਉਰਿਟੀ ਪਰਪਸ ਵਾਸਤੇ ਅੰਦਰ ਵੀ ਰੱਖ ਸਕਦੇ ਹੋ ਜੇਬ 'ਚ ਵੀ ਰੱਖ ਸਕਦੇ ਹੋ ਘਰੇ ਵੀ ਰੱਖ ਸਕਦੇ ਹੋ ਨਾ ਕਿ ਉਹਦਾ ਵਿਖਾਵਾ ਓਪਨਲੀ ਕੀਤਾ ਜਾਵੇ ਅਗਰ ਸਿਕਿਉਰਿਟੀ ਦੀ ਜ਼ਰੂਰਤ ਹੈ ਸਰਕਾਰ ਨੂੰ ਲਿਖੋ ਪੁਲਿਸ ਤੋਂ ਸਿਕਿਉਰਿਟੀ ਲਓ ਜਿਹੜੇ ਕਿ ਅਧਿਕਾਰਿਤ ਲੋਕ ਵਿਖਾ ਸਕਦੇ ਲੇਕਿਨ ਇਸ ਤਰ੍ਹਾਂ ਨਹੀਂ ਤੁਸੀਂ ਕਰ ਸਕਦੇ ਕਿ ਨੰਗੀਆਂ ਗੰਦ ਲੈ ਕੇ ਤੇ ਪੂਰਾ ਮੁਜ਼ਾਰਾ ਕਰੋ ਦਰਬਾਰ ਸਾਹਿਬ ਦੇ ਵਿੱਚ ਵੀ ਗੰਨ ਲੈ ਕੇ ਗਏ ਨੇ ਉਸ ਨੂੰ ਦੱਸਦੇ ਦੇਖੋ ਮੈਂ ਫੇਰ ਆਖਣਗੇ ਕਿਉਂਕਿ ਕੁਝ ਲੋਕਾਂ ਨੇ ਦਰਬਾਰ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਸਮਝਿਆ ਗੁਰੂ ਗ੍ਰੰਥ ਸਾਹਿਬ ਕਿਸੇ ਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਵੀ ਹੈ ਕੋਈ ਵਿਅਕਤੀ ਵਿਸ਼ੇਸ਼ ਦਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਕਿਸੇ ਨੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ ਕਿ ਮੈਂ ਫਲਾਂ ਵਿਅਕਤੀ ਦਾ ਵਿਅਕਤੀ ਵਿਸ਼ੇਸ਼ ਦਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦੇ ਸਾਂਝੇ ਸਾਡੇ ਵੀ ਸਮਝੋ ਉੱਥੇ ਤਾਂ ਸਾਰੇ ਧਰਮਾਂ ਦੀ ਬਾਣੀ ਹੈ ਉਹਦੇ 'ਚ ਸੋ ਇਸ ਤਰ੍ਹਾਂ ਜਿੱਥੇ ਸਾਨੂੰ ਕਲਮ ਫੜਾਈ ਗਈ ਸੀ ਸਾਨੂੰ ਕੋਈ ਖਤਰਾ ਨਹੀਂ ਹੈ ਸਾਨੂੰ ਕਲਮ ਫੜਾਈ ਗਈ ਸੀ ਸਾਨੂੰ ਕਿਹਾ ਗਿਆ ਸੀ ਕਿ ਹੁਣ ਕਲਮ ਫੜਨੀ ਹੈ ਬਾਕੀ ਹਥਿਆਰ ਚੱਕਣ ਅਸੀਂ ਕਲਮ ਫੜੇ ਹਾਂ ਅਸੀਂ ਗੁਰੂ ਦਾ ਉਪਦੇਸ਼ ਲੈਣ ਜਾਂਦੇ ਹਾਂ ਅਸੀਂ ਸਾਦਗੀ ਦੇ ਨਾਲ ਹੁਣ ਰਾਜਾ ਬਣੇਗੀ ਜੇ ਬੰਦੂਕ ਲੈ ਕੇ ਹਰਿਮੰਦਰ ਸਾਹਿਬ ਚਲਾ ਜਾਏ ਨਾ ਤਾਂ ਵਿਵਾਦ ਹੋ ਜਾਏਗਾ ਉੱਥੇ ਕੁੱਟ ਕੁੱਟ ਕੇ ਮਾਰ ਦੇਣਗੇ ਲੋਕ ਲੇਕਿਨ ਪਤਾ ਨਹੀਂ ਮੇਰੇ ਕਹਿਣ ਦਾ ਮਤਲਬ ਧਾਰਮਿਕ ਸੰਸਥਾਵਾਂ ਨਾ ਕੇਵਲ ਧਾਰਮਿਕ ਜਗ੍ਹਾ ਤੇ ਕਿਤੇ ਵੀ ਨਹੀਂ ਤੁਸੀਂ ਉਹ ਮੈਨੂੰ ਕਿਸੇ ਨੇ ਕਿਹਾ ਯਾਰ ਤੁਹਾਡੇ ਕੋਲ ਅਸਲਾ ਹੈ ਨਹੀਂ ਹੋਣਾ ਹੈ ਲੇਕਿਨ ਕਦੇ ਕਿਸੇ ਨੇ ਵੇਖਿਆ ਰਾਜੇ ਬਣੇਗੀ ਦੇ ਹੱਥ 'ਚ ਪੜਿਆ ਮੈਂ ਕਿਹਾ ਮੇਰੇ ਕੋਲ 15-20 ਸਾਲ ਦਾ ਪੁਰਾਣਾ ਹੈ ਕਈਆਂ ਨੇ ਤਾਂ ਹੁਣ ਲਿਆ ਹੋਣਾ 20 ਸਾਲ ਪੁਰਾਣਾ ਹੈ ਲੇਕਿਨ ਤੁਸੀਂ ਮੇਰੇ ਹੱਥ 'ਚ ਫੜਿਆ ਨਹੀਂ ਕਦੇ ਵੇਖੋ ਕਿਉਂ
बदलाव आ गया। बदलाव आ गया। देख रहे हैं बदलाव।